ਰਾਜਪੁਰਾ ਦੇ ਨਾਲ ਲੱਗਦੇ ਪਿੰਡ ਥੂਆ ਵਿਖੇ ਰਾਜ ਜਾਂਦੀਆਂ ਮਾਵਾਂ ਧੀਆਂ ਦੀ ਪਿੰਡ ਦੇ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ। ਦੱਸ ਦਈਏ ਕਿ ਕੁੱਟਮਾਰ ਕਰਨ ਵਾਲੇ ਉਹਨਾਂ ਦੇ ਪਿੰਡ ਦੇ ਹੀ ਕੁਝ ਵਿਅਕਤੀ ਦੱਸੇ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਪੁਰਾਣੀ ਰੰਜਿਸ਼ ਕਰਕੇ ਹੋਇਆ ਹੈ। ਰਾਜਪੁਰਾ ਦੇ ਹਸਪਤਾਲ ਦੇ ਵਿੱਚ 14 ਤਰੀਕ ਤੋਂ ਜੇਰੇ ਇਲਾਜ। ਧੀ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਨਾਬਾਲਗ ਹੈ। ਉਹਨਾਂ ਨੇ ਕਿਹਾ ਹੈ ਕਿ ਬੇਸ਼ੱਕ ਪੁਲਿਸ ਨੇ ਬਿਆਨ ਕਲਮ ਬੰਦ ਕਰ ਲਏ ਹੋਣ, ਪਰ ਉਹਨਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਇਸ ਮੌਕੇ ਪੀੜਤ ਨੇ ਕਿਹਾ ਕਿ ਅਸੀਂ ਇਹਨਾਂ ਲੋਕਾਂ ਤੋਂ ਕਾਫੀ ਪਰੇਸ਼ਾਨ ਹਾਂ। ਇਹਨਾਂ ਦੀ ਪਹੁੰਚ ਉੱਚੀ ਹੋਣ ਕਰਕੇ ਇਹ ਅਕਸਰ ਹੀ ਬਚ ਜਾਂਦੇ ਨੇ। ਇਸ ਮੌਕੇ ਪੀੜਤ ਬਲਜੀਤ ਕੌਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਲੋਕਾਂ ਦੀ ਪਿੰਡ ਦੇ ਵਿੱਚ ਪੂਰੀ ਦਹਿਸ਼ਤ ਹੈ, ਇਸ ਕਰਕੇ ਕੋਈ ਵੀ ਵਿਅਕਤੀ ਇਹਨਾਂ ਦੇ ਅੱਗੇ ਸਿਰ ਨਹੀਂ ਚੁੱਕਦਾ ਅਤੇ ਇਹਨਾਂ ਦੀ ਉੱਚੀ ਪਹੁੰਚ ਵੀ ਹੈ, ਜਿਸ ਕਰਕੇ ਅਕਸਰ ਹੀ ਬਚ ਜਾਂਦੇ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਪਿੰਡ ਦੇ ਬਦਮਾਸ਼ਾਂ ਨੇ ਪਿੱਛੇ ਤੋਂ ਮੋਟਰਸਾਈਕਲ ਮਾਰਿਆ ਹੈ। ਹਾਂਜੀ, ਉਹਨਾਂ ਦੇ ਨਾਂ ਕੁਲਵੀਰ, ਮਨਵੀਰ, ਸਵਰਨ ਔਰ ਵਿਕਰਮ, ਇਹਨਾਂ ਨੇ ਮਾਰੇ ਮੋਟਰਸਾਈਕਲ। ਕਿੰਨੀ ਉਮਰ ਹੈ ਤੁਹਾਡੀ? 10 ਸਾਲ। ਅਸੀਂ ਮਾਰ ਕੇ ਭੱਜ ਗਏ। ਹਾਂਜੀ, ਮੈਂ ਇੱਕਦਮ ਨੀਚੇ ਗਿਰੀ, ਮੇਰਾ ਪਤਾ ਨਹੀਂ ਕਿਸੇ ਪੱਥਰ ਗੱਲ ਵੱਜੇ ਇੱਥੇ ਕਾਲਜ ਚ। ਇਸ ਬੱਚੇ ਨੂੰ ਮਾਰਨਾ ਚਾਹੁੰਦੇ ਆ ਇਹ। ਸਾਨੂੰ ਮਾਰਨ ਦੀ ਹਮੇਸ਼ਾ ਮਾਵਾਂ ਧੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ। ਕੱਲ ਅਸੀਂ ਆਪਣੇ ਘਰੋਂ ਜਾ ਰਹੇ ਸੀ ਜਦੋਂ ਆਪਣੀ ਭੈਣ ਕੋਲ ਇੱਥੇ ਜੰਗਵਰਾ ਫਲੋਰ ਦੇ ਨੇੜੇ ਪਿੰਡ ਹੈ ਜੀ, ਇਹਨਾਂ ਬਦਮਾਸ਼ਾਂ ਨੇ ਸਾਡਾ ਪਿੱਛਾ ਕੀਤਾ ਹੈ। ਪਹਿਲਾਂ ਕੁਲਵੀਰ ਆਇਆ ਹੈ ਤੇ ਇਹਨਾਂ ਦੇ ਨਾਲ 2 ਅਣਪਛਾਤੇ ਬੰਦੇ ਸੀ ਜਿਨ੍ਹਾਂ ਨੇ ਸਾਡੇ ਤੋਂ ਮੋਟਰਸਾਈਕਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੋਟਰਸਾਈਕਲ ਮੇਰੇ ਪੈਰ ਤੇ ਲੰਘ ਕੇ ਅੱਗੇ ਹੋ ਗਿਆ ਤੇ ਪਿੱਛੇ ਤੇ ਮਨਵੀਰ ਆਇਆ ਹੈ। ਮਨਵੀਰ ਨੇ ਬਹੁਤ ਤੇਜ਼ ਮੋਟਰਸਾਈਕਲ ਆ ਕੇ ਸਾਡੇ ਵਿੱਚ ਮਾਰਿਆ। ਸਾਡੇ ਵਿੱਚ ਮਾਰਨ ਕਾਰਨ ਮੇਰੀ ਬੱਚੀ ਇੱਕਦਮ ਵੱਜੀ ਲੱਤਾਂ ਤੇ ਚੜ ਗਿਆ ਮੋਟਰਸਾਈਕਲ, ਮੇਰੀ ਬੱਚੀ ਗਿਰ ਗਈ ਕਿਸੇ ਭਾਰੀ ਚੀਜ਼ ਤੇ, ਇਹਦੇ ਮਤਲਬ ਕਿ ਮੈਨੂੰ ਵੀ ਨੀ ਸੋਝੀ ਜੀ, ਇੱਕਦਮ ਪਿੱਛਾ ਤੇ ਆਇਆ ਹੈ ਤੇ ਇਹਨਾਂ ਨੇ ਇਸ ਹਥਿਆਰ ਨਾਲ ਸਾਡੇ ਤੇ ਹਮਲਾ ਕੀਤਾ ਹੈ। ਇੱਕ ਹੱਥ ਵਿੱਚ ਇਹਨੇ ਪੰਚ ਸੀ ਪਾਇਆ ਹੋਇਆ ਤੇ ਉਦੋਂ ਮਤਲਬ ਕਿ ਪਾਇਆ ਹੋਇਆ ਸੀ, ਮੈਂ ਹੱਥ ਤੇ ਖੋਲਿਆ ਉਹਨਾਂ ਦੇ ਤੇ ਮੇਰੀ ਬੱਚੀ ਨੂੰ ਇੱਕਦਮ ਉਲਟੀ ਲੱਗੀ ਹੈ ਤੇ ਮਤਲਬ ਕਿ ਜੇ ਉਹਨੇ ਦੇਖਿਆ ਨਾ ਵੀ ਅੱਗੋਂ ਬੰਦੇ ਆ ਰਹੇ ਆ ਪਿੰਡ ਬਾਹਰੋਂ ਪਿੰਡ ਚ, ਤਾਂ ਉਹਨਾਂ ਭੱਜ ਗਏ ਉਹਨਾਂ ਨੂੰ ਦੂਜੇ ਬੰਦਿਆਂ ਨੂੰ ਦੇਖ ਕੇ। ਇਹ ਪਰਸੋਂ ਦੇ ਆ ਜੀ, ਅਸੀਂ 14 ਤਰੀਕ ਦੇ 7:30 ਦੇ। ਹਾਂਜੀ, ਪੁਲਿਸ ਹੁਣੇ ਬਿਆਨ ਲੈ ਕੇ ਗਈ ਹੈ। ਪਤਾ ਸਰ, ਪੁਲਿਸ ਨੇ ਕੋਈ ਭਰੋਸਾ ਨਹੀਂ ਦਿੱਤਾ ਹੈਗਾ, ਬਿਆਨ ਤਾਂ ਅੱਗੇ ਵੀ ਲੈ ਜਾਂਦੇ ਆ ਪਰ ਕੋਈ ਕਾਰਵਾਈ ਸਾਡੀ ਕੋਈ ਸੁਣਵਾਈ ਹੁੰਦੀ ਨਹੀਂ। ਇਹ ਮਨਵੀਰ ਸਿੰਘ ਹੈ ਤੇ 25-30 ਪਰਚੇ ਹੈ ਜੀ, ਇਹਨਾਂ ਦੀ ਕੋਈ ਕਾਰਵਾਈ ਕੋਈ ਕਰਦਾ ਨਹੀਂ ਹੈਗਾ। ਕਹਿੰਦੇ ਬਦਮਾਸ਼ ਹੈ, ਵੋਟਾਂ ਵਿੱਚ ਕੰਮ ਆਉਂਦਾ ਹੈ। ਇਹਨਾਂ ਨੇ ਪਹਿਲਾਂ ਵੀ ਆਪਣੀ ਚਾਚੀ ਘੋਟ ਕੇ ਮਾਰੀ ਆ, ਬਹੁਤ ਇਹਨਾਂ ਦੇ ਅਜੇ ਪਰਚੇ ਹੋਏ ਹੋਏ ਆ ਜੀ, ਪਰ ਇਹਨਾਂ ਦੇ ਇੱਕ 5 ਸਾਲ ਦੀ 6 ਸਾਲ ਦੀ ਬੱਚੀ ਦਾ ਇਹ ਮਨਵੀਰ ਨੇ ਗੁਰੂ ਘਰ ਵਿੱਚ ਬਲਤਕਾਰ ਕੀਤਾ ਸੀ। ਉਦੋਂ ਵੀ ਉਹਨਾਂ ਦਾ ਪਰਚਾ ਵਾਪਸ ਦਵਾਤਾ ਸੀ, ਗਰੀਬ ਬੰਦੇ ਸੀ, 5-6 ਸਾਲ ਦੀ ਛੋਟੀ ਜਿਹੀ ਬੱਚੀ ਦੀ, ਗੁਰੂ ਘਰ ਵਿੱਚ ਸਾਡੇ ਨੇੜੇ ਗੁਰਦੁਆਰਾ ਹੈ ਉਹਦੇ ਵਿੱਚ ਉਹਦਾ ਬਲਤਕਾਰ ਕੀਤਾ ਹੈ। ਉੱਥੇ ਕਦੀ ਕੋਈ ਕਾਰਵਾਈ ਹੁੰਦੀ ਨਹੀਂ ਹੈਗੀ। 25-30 ਪਰਚੇ ਮੁੰਡੇ ਦੇ ਗਏ ਹੈ।